ਪੰਜਾਬ ਭਰ ਦੇ ਵਿੱਚ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਖਾਲੀ ਹੋ ਰਹੇ ਨੇ। ਅਮੂਮਨ ਅਸੀਂ ਰਿਪੋਰਟ ਦਿਖਾਉਂਦੇ ਹਾਂ ਕਿ ਕਈ ਪਿੰਡਾਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ, ਉਹਨਾਂ ਦੀਆਂ ਕੋਠੀਆਂ ਸੰਭਾਲ ਰਹੇ ਨੇ ਔਰ ਇਸੇ ਤਰੀਕੇ ਦੇ ਵਿੱਚ ਕਈ ਥਾਵਾਂ ਤੇ ਪਰੇਸ਼ਾਨੀ ਵੀ। ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਜਿਹੜੇ ਉੱਥੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ ਔਰ ਇਸ ਵੇਲੇ ਅਸੀਂ ਖੜੇ ਹਾਂ ਚੰਡੀਗੜ੍ਹ ਮੋਹਾਲੀ ਦੇ ਨਾਲ ਲੱਗਦੇ ਖਰੜ ਦੇ ਵਿੱਚ। ਖਰੜ ਦਾ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵੱਲੋਂ ਜਿਹੜੀ ਇੱਕ ਸਭਾ ਬਣਾਈ ਗਈ ਹੈ, ਉਹਨਾਂ ਨੇ ਪਿੰਡ ਦੇ ਵਿੱਚ ਹੋਰਡਿੰਗ ਲਗਾ ਦਿੱਤੇ ਨੇ। ਇਹ ਹੋਰਡਿੰਗ ਪ੍ਰਵਾਸੀਆਂ ਦੇ ਵਾਸਤੇ ਲਗਾਏ ਗਏ ਨੇ ਔਰ ਪ੍ਰਵਾਸੀਆਂ ਨੂੰ ਲੈ ਕੇ ਇੱਥੇ ਨਾਰਾਜ਼ ਨੇ, ਪਰੇਸ਼ਾਨ ਨੇ ਔਰ ਕਹਿ ਰਹੇ ਨੇ ਕਿ ਪ੍ਰਵਾਸੀ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ, ਪ੍ਰਵਾਸੀ ਪਿੰਡ ਦੇ ਵਿੱਚ ਗੰਦਗੀ ਪੈਦਾ ਕਰ ਰਹੇ ਨੇ ਔਰ ਇਸੇ ਵਜ੍ਹਾ ਕਰਕੇ ਨੌਜਵਾਨ ਸਭਾ ਸਮੂਹ ਪਿੰਡ ਜੰਡਪੁਰ ਦੇ ਵੱਲੋਂ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਮਤਾ ਵੀ ਪਾਇਆ ਗਿਆ ਪ੍ਰਵਾਸੀਆਂ ਨੂੰ ਲੈ ਕੇ ਔਰ ਇਹ ਕਿਹਾ ਗਿਆ ਕਿ ਜਿਹੜੇ ਇੱਥੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਵਜ੍ਹਾ ਕਰਕੇ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ, ਕਿਉਂਕਿ ਇਸ ਪਿੰਡ ਦੀ ਆਬਾਦੀ ਤਕਰੀਬਨ 1700 ਦੇ ਕਰੀਬ ਹੈ ਜਿਹੜੇ ਇੱਥੋਂ ਦੀ ਵੋਟ ਹੈ ਔਰ ਇਸ ਪਿੰਡ ਦੇ ਵਿੱਚ ਤਕਰੀਬਨ 500 ਤੋਂ 600 ਪ੍ਰਵਾਸੀ ਜਿਹੜੇ ਨੇ ਉਹ ਰਹਿ ਰਹੇ ਨੇ। ਤਾਂ 600 ਦੇ ਕਰੀਬ ਪ੍ਰਵਾਸੀਆਂ ਤੋਂ ਕਿਉਂ ਪਰੇਸ਼ਾਨ ਨੇ, ਗੱਲਬਾਤ ਉਹਨਾਂ ਦੇ ਨਾਲ ਕਰ ਲੈਂਦੇ ਹਾਂ, ਲੇਕਿਨ ਪਹਿਲਾਂ ਜਿਹੜਾ ਮਤਾ ਪਾਇਆ ਗਿਆ ਉਹ ਦਿਖਾ ਦਿੰਦੇ ਹਾਂ। ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਏਗੀ, ਪ੍ਰਵਾਸੀ ਪਾਨ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਪੀਣਗੇ। ਜਿੱਥੇ ਪ੍ਰਵਾਸੀ ਰਹਿਣਗੇ ਉਸ ਜਗ੍ਹਾ ਤੇ ਕੂੜੇਦਾਨ ਜ਼ਰੂਰ ਹੋਏਗਾ, ਇਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਏਗੀ। ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਨਜ਼ਰ ਨਹੀਂ ਆਉਣੇ ਚਾਹੀਦੇ। ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਹਨ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਇੱਕ ਕਮਰੇ ਦੇ ਵਿੱਚ 2 ਵਿਅਕਤੀਆਂ ਤੋਂ ਵੱਧ ਨਾ ਹੋਣ। ਪ੍ਰਵਾਸੀ ਪਿੰਡ ਦੇ ਵਿੱਚ ਅੱਧੇ ਨੰਗੇ ਘੁੰਮਦੇ ਨਜ਼ਰ ਨਹੀਂ ਆਉਣੇ ਚਾਹੀਦੇ। 7ਵਾਂ ਪੁਆਇੰਟ ਹੈ, ਨਾਬਾਲਗ ਬੱਚੇ ਬਿਨਾਂ ਕਾਗਜ਼ ਜਾਂ ਨੰਬਰ ਪਲੇਟ ਤੋਂ ਬਿਨਾਂ ਕੋਈ ਵੀ ਵਾਹਨ ਨਹੀਂ ਚਲਾਉਂਦੇ ਹੋਏ ਨਜ਼ਰ ਆਉਣਗੇ। 8ਵਾਂ ਪੁਆਇੰਟ ਹੈ, ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਲਾਜ਼ਮੀ ਹੈ, ਕਿਸੇ ਦਾ ਵੀ ਵਾਹਨ ਸੜਕ ਅਤੇ ਗਲੀ ਵਿੱਚ
ਖੜਦਾ ਨਹੀਂ ਹੋਣਾ ਚਾਹੀਦਾ। ਪਾਣੀ ਦੀ ਸਮੱਸਿਆ, ਘਰ ਪ੍ਰਤੀ ਕਨੈਕਸ਼ਨ ਦੀ ਵਰਤੋਂ ਕੀਤੀ ਜਾਵੇ। ਔਰ ਨਾਲ ਹੀ ਨਾਲ ਇਹ ਵੀ ਲਿਖਿਆ ਦਸਵੇਂ ਪੁਆਇੰਟ, ਜੇਕਰ ਕੋਈ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸਦੇ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਏਗੀ। ਸਭ ਤੋਂ ਪਹਿਲਾਂ ਇਹ ਪਿੰਡ ਦੀ ਤਸਵੀਰ ਦਿਖਾਉਂਦੇ ਹਾਂ, ਫਿਰ ਗੱਲਬਾਤ ਕਰਾਂਗੇ, ਕਿਉਂਕਿ ਇਸ ਪਿੰਡ ਦੀਆਂ ਕੋਠੀਆਂ ਦੇਖੋ, ਇਹਨਾਂ ਕੋਠੀਆਂ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਰਹਿ ਰਹੇ ਨੇ, ਕਿਉਂਕਿ ਖਰੜ ਦੇ ਨਾਲ ਲੱਗਦਾ ਇਹ ਪਿੰਡ ਹੈ। ਔਰ ਇੱਥੇ ਜਦੋਂ ਜ਼ਮੀਨਾਂ ਮਹਿੰਗੀਆਂ ਹੋਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕੋਠੀਆਂ ਪ੍ਰਵਾਸੀਆਂ ਨੂੰ ਦੇ ਕੇ ਕਿਤੇ ਹੋਰ ਰਹਿਣ ਚਲੇ ਗਏ। ਇਸ ਤਰੀਕੇ ਦੀ ਗੱਲ ਜਿਹੜੀ ਆ ਦੱਸਦੇ ਹੋਏ ਨਜ਼ਰ ਆਏ ਨੇ। ਤਾਂ ਇਹ ਮਤਾ ਪਾਉਣ ਦੀ ਲੋੜ ਕਿਉਂ ਪਈ ਔਰ ਪ੍ਰਵਾਸੀ ਤੋਂ ਕਿਉਂ ਪਰੇਸ਼ਾਨ ਨੇ, ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਇਹ ਪਿੰਡ ਜਿਹੜਾ ਵੈ ਇੱਥੇ ਪੰਚਾਇਤ ਨਹੀਂ ਹੈ, MC ਦੇ ਅਧੀਨ ਆਉਂਦਾ ਵੈ। ਗੱਲਬਾਤ ਜਿਹੜੀ ਹੈ MC ਹੋਰਾਂ ਨਾਲ ਹੀ ਕਰ ਲੈਂਦੇ ਹਾਂ। ਬਈ ਇਹ ਕਿਉਂ ਤੁਹਾਨੂੰ ਇਸ ਤਰੀਕੇ ਦੇ ਮਤੇ ਪਾਣੇ ਪਏ ਜਾਂ ਇਸ ਤਰੀਕੇ ਨਾਲ ਪੂਰੇ ਪਿੰਡ 'ਚ ਕਿਉਂ ਲੈਣਾ ਪਿਆ? ਕਿਉਂਕਿ ਖਰੜ ਤਾਂ ਬੜਾ ਸੋਹਣਾ, ਦੇਖੋ ਕਿੱਡੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਪਈਆਂ ਹੋਈਆਂ, ਤਾਂ ਇੰਨੀਆਂ ਸੋਹਣੀਆਂ ਕੋਠੀਆਂ ਦੇ ਵਿੱਚ ਇੰਨੇ ਸੋਹਣੇ ਪੰਜਾਬੀ ਚਿਹਰੇ ਨਜ਼ਰ ਆ ਰਹੇ ਨੇ, ਤਾਂ ਕਿਉਂ ਪ੍ਰਵਾਸੀਆਂ ਤੋਂ ਨਾਰਾਜ਼ ਜਾਂ ਪਰੇਸ਼ਾਨ ਨਜ਼ਰ ਆ ਰਹੇ ਹੋ? ਨਿਊਜ਼ 18 ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਉਰੇ ਪਹੁੰਚਣ 'ਤੇ। ਜੀ ਇਸ ਦੇ ਵਿੱਚ ਆਏ ਜੀ ਜਿਹੜੇ ਪ੍ਰਵਾਸੀ ਮਜ਼ਦੂਰ ਉਰੇ ਆ ਕੇ ਰਹਿੰਦੇ ਜੀ, ਹਾਂਜੀ, ਜਦੋਂ ਇੱਕ ਬੰਦਾ ਆਉਂਦਾ ਜੀ ਉਹ ਆਪਣੀ ਵੈਰੀਫਿਕੇਸ਼ਨ ਵੀ ਕਰਾ ਲੈਂਦਾ, ਉਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ, 5 ਬੰਦਿਆਂ ਨੂੰ 7 ਬੰਦਿਆਂ ਨੂੰ ਬੁਲਾ ਲੈਂਦਾ ਜਿਹੜੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਜੀ। ਉਹ ਇੱਕੋ ਕਮਰੇ ਦੇ ਵਿੱਚ ਰਹਿੰਦੇ ਆ ਜੀ, ਤੇ ਗੰਦਗੀ ਇੰਨੀ ਜ਼ਿਆਦਾ ਫੈਲਾਉਂਦੇ ਆ, ਜਾਂ ਕੋਈ ਕ੍ਰਾਈਮ ਕਰਕੇ ਉੱਧਰੋਂ ਬਿਹਾਰ ਚੋਂ ਜਾਂ UP ਚੋਂ ਕਿਤੋਂ ਵੀ ਜਿਹੜਾ ਆਉਂਦੇ ਆ ਜੀ, ਉਹ ਕ੍ਰਾਈਮ ਕਰਕੇ ਉਰੇ ਆ ਕੇ ਛੁੱਪ ਜਾਂਦੇ ਜੀ। ਜੇ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਵੀ ਹੋਊਗੀ, ਅੱਧਾ ਮਸਲਾ ਤਾਂ ਉਰੀ ਸਾਫ਼ ਹੋ ਜਾਣਾ। ਇੱਕ ਤੁਸੀਂ ਗੁਟਕੇ ਦਾ, ਬੀੜੀ ਦਾ ਜ਼ਿਕਰ ਕੀਤਾ, ਪੰਜਾਬੀ ਵੀ ਬਹੁਤ ਸਾਰੇ ਸ਼ਰਾਬ ਪੀਂਦੇ ਨੇ, ਲੇਕਿਨ ਪੰਜਾਬੀਆਂ ਦੇ ਤੁਸੀਂ ਸ਼ਰਾਬ ਤੇ ਇਤਰਾਜ਼ ਨਹੀਂ ਜ਼ਾਹਰ ਕੀਤਾ, ਉਹਨਾਂ ਦੇ ਗੁਟਕਾ ਬੀੜੀ ਤੇ ਕੀ ਇਤਰਾਜ਼? ਨਹੀਂ, ਗੁਟਕਾ ਬੀੜੀ ਤੇ ਇਤਰਾਜ਼ ਇਸਦਾ ਜੀ, ਸਾਡੇ ਪਿੰਡ ਦੇ ਵਿੱਚ ਨਾ ਜੀ 4 ਗੁਰਦੁਆਰਾ ਸਾਹਿਬ ਨੇ, ਮੰਦਰ ਨੇ ਜੀ, ਇਹ ਜਾਂਦੇ ਜਾਂਦੇ ਕਿਤੇ ਵੀ ਥੁੱਕ ਦਿੰਦੇ ਜੀ, ਜਿਹਦੇ ਨਾਲ ਇੱਕ ਤਾਂ ਬੇਅਦਬੀ ਹੁੰਦੀ ਹੈ ਜੀ, ਦੂਜਾ ਬਿਮਾਰੀ ਫੈਲਣ ਦਾ ਖਤਰਾ ਰਹਿੰਦਾ ਜੀ। ਅਸੀਂ ਬੀੜੀ, ਗੁਟਕਾ ਜਾਂ ਸ਼ਰਾਬ ਘਰ ਬੈਠ ਕੇ ਪੀਓ, ਇਹ ਆਪਣੀ ਜੋ ਮਰਜ਼ੀ ਕਰ ਸਕਦੇ ਹਾਂ, ਬਾਹਰ ਨਹੀਂ ਜੀ। ਜਿੱਦਾਂ ਕੋਈ ਇਹ ਜਾਂਦੇ ਜਾਂਦੇ ਜੀ ਬੀੜੀ ਪੀਂਦੇ ਆ, ਉਹਦਾ ਜਿਹੜਾ ਟੁਕੜਾ ਹੁੰਦਾ ਉਹ ਕਿਸੇ ਗਿਆਨੀ ਦੇ ਘਰਾਂ ਸਿੱਟ ਦਿੰਦੇ ਆ, ਆ ਕਿਸੇ ਦੇ ਘਰ ਦੇ ਮੂਹਰਾਂ ਸਿੱਟ ਦਿੰਦੇ ਆ। ਇਹ ਗੱਲਾਂ ਵੈਸੇ ਚੰਗੀਆਂ ਨਹੀਂ ਹੈ ਜੀ, ਜੋ ਹੈਗੀਆਂ ਜੀ ਆਪਣੇ ਘਰ ਜੇ ਕੁਛ ਕਰਨਾ ਹੈ ਕਰਨ, ਆਪਣੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ, ਲੇਕਿਨ ਪਬਲਿਕ ਤੌਰ ਤੇ ਨਹੀਂ ਜੀ। ਕਿੰਨੇ ਪ੍ਰਵਾਸੀ ਇਸ ਪਿੰਡ ਚ ਰਹਿੰਦੇ ਔਰ ਕਿੰਨੀ ਆਬਾਦੀ ਇਸ ਪਿੰਡ ਦੀ? ਇਸ ਦੀ ਪਿੰਡ ਦੀ ਆਬਾਦੀ 1700 ਤਾਂ ਸਾਡੀ ਵੋਟ ਹੈ ਜੀ, ਤੇ 500 ਜਾਂ 600 ਦੇ ਕਰੀਬ ਇੱਥੇ ਪ੍ਰਵਾਸੀ ਰਹਿੰਦੇ ਆ ਜੀ। 600 ਪ੍ਰਵਾਸੀ ਆ ਗਏ? ਹਾਂਜੀ, ਜਿਹੜਾ ਨੰਗੇ ਪਿੰਡ ਦਾ ਜ਼ਿਕਰ ਕੀਤਾ, ਕਿਉਂਕਿ ਨੰਗੇ ਪਿੰਡੇ ਤਾਂ ਅਮੂਮਨ ਅਸੀਂ ਕੋਈ ਵੀ ਮੁੰਡੇ ਬਨੈਣਾ ਪਾ ਕੇ ਘੁੰਮਦੇ ਨੇ, ਤਾਂ ਫਿਰ ਇਸ ਗੱਲ ਤੇ ਕੀ ਇਤਰਾਜ਼ ਹੈ? ਇਹ ਤਾਨਾਸ਼ਾਹੀ ਫਰਮਾਨੀ ਹੈ ਜਾਂ ਤੁਗਲਕੀ ਫਰਮਾਨੀ? ਇਹ ਤਾਨਾਸ਼ਾਹੀ ਨਹੀਂ ਹੈ ਜੀ, ਜਦੋਂ ਸਵੇਰੇ ਨਾ ਜੀ ਇਹ ਗੁਰਦੁਆਰਾ ਸਾਹਿਬ ਹੈ ਸਾਹਮਣਾ ਦੇਖੋ ਤੁਸੀਂ ਜੀ, ਸ਼ਾਮੀ ਜਾਂ ਸਵੇਰੇ ਸਾਜਰੇ ਸਵੇਰੇ 6 ਵਜੇ ਲੇਡੀਜ਼ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਗੁਰਦੁਆਰਾ ਸਾਹਿਬ ਆਉਂਦੀਆਂ ਜੀ, ਠੀਕ ਹੈ ਜੀ, ਤੇ ਉਹ ਜਦੋਂ ਇਹ ਠੀਕ ਹੈ ਗੁਟਕਾ ਸਾਹਿਬ ਰਾਤ ਦਿਖਾਇਆ ਵਾ ਜੀ, ਸਮਝਾਉਣ ਦੇ ਬਾਅਦ ਗੁਰਦੁਆਰੇ ਦੇ ਸਾਹਮਣੇ ਜੀ ਸਮਝਾਉਣ ਦੇ ਬਾਵਜੂਦ ਵੀ ਇਹ ਹਰਕਤਾਂ ਕਰ ਰਹੇ ਜੀ, ਉਹ ਦੇਖ ਲਓ ਹਾਂਜੀ, ਇਹ ਚੀਜ਼ਾਂ ਦੀ ਇਤਰਾਜ਼ ਹੈ ਵੀ ਗੁਰੂ ਘਰ ਦੇ ਖਾਣਾ ਆਪਣੇ ਅੰਦਰ ਬੈਠ ਕੇ ਵੀ ਖਾ ਸਕਦੇ ਨੇ, ਇਹਦੇ ਨਾਲ ਬਿਮਾਰੀ ਚ ਫੈਲਣ ਦਾ ਵੀ ਖਤਰਾ ਰਹਿੰਦਾ ਹੈ ਜੀ। ਜਿਹੜਾ ਤੁਸੀਂ ਨੰਗੇ ਅੱਧ ਨੰਗੇ ਵਾਲਾ ਗੱਲ ਕਰ ਰਹੇ ਜੀ ਆਪਾਂ, ਉਹ ਗੱਲ ਆਹ ਜੀ ਵੀ ਜਦੋਂ ਕੋਈ ਵੀ ਸਾਡੀ ਧੀ ਭੈਣਾਂ ਮਾਤਾਵਾਂ ਸਵੇਰੇ ਗੁਰਦੁਆਰੇ ਨੂੰ ਆਉਂਦੀਆਂ ਜੀ, ਇਹ ਛੋਟਾ ਜਿਹਾ ਕੱਛਾ ਪਾਇਆ ਵਾ ਹੁੰਦਾ ਜੀ, ਕੋਈ ਉੱਪਰ ਬਨੈਣ ਨਹੀਂ ਹੁੰਦੀ ਜੀ, ਕੋਈ ਧੋਤੀ ਨਹੀਂ ਹੁੰਦੀ ਜੀ, ਇਹ ਬਸ ਦਾਤਣ ਮੂੰਹ ਚ ਫਸਾਈ ਵੀ ਹੁੰਦੀ ਜਾਂ ਬੁਰਸ਼ ਫਸਾਇਆ ਵਾ ਹੁੰਦਾ, ਉਹਨੂੰ ਐਂ ਮਾਰਦੇ ਫਿਰਦੇ ਹੁੰਦੇ ਜੀ, ਜੋ ਇੱਕ ਬਹੁਤ ਹੀ ਵਧੀਆ ਨਹੀਂ ਲੱਗਦਾ, ਬਹੁਤ ਗਲਤ ਲੱਗਦਾ ਜੀ।
ਸੋ ਆਹੀ ਇੱਕ ਰਿਕੁਐਸਟ ਕਰੀ ਜਾਣ ਨੂੰ ਵੀ ਭਾਈ ਤੁਸੀਂ ਆਪਣੇ ਅੰਦਰ ਜਾ ਕੇ ਜੋ ਮਰਜ਼ੀ ਕਰੋ, ਆਹ ਤਾਂ ਨੀ ਵੀ ਤੁਸੀਂ ਗਲੀ ਚ ਕੱਛਾ ਪਾ ਗੱਲ ਗੱਲਬਾਤ ਹੋਈ ਜਾਂਦੇ ਇੱਥੇ ਜਿਹੜੇ 400-500 ਰਹਿੰਦੇ ਨੇ ਉਹਨਾਂ ਦਾ ਕੀ ਕੁਛ ਕਹਿਣਾ ਪ੍ਰਵਾਸੀਆਂ ਦਾ? ਪ੍ਰਵਾਸੀ ਤਾਂ ਜਿਹੜੇ ਤਾਂ ਡਿਫੈਲਟਰ ਤੇ ਜੀ ਉਹ ਤਾਂ ਤਕਰੀਬਨ ਕੱਲ ਤੋਂ ਜਾ ਰਹੇ ਆ ਜੀ, ਜਿਹੜੇ ਵਧੀਆ ਬੰਦੇ ਛੱਡ ਰਹੇ, ਹਾਂ ਜਿਹੜੇ ਵਧੀਆ ਪਿੰਡ ਛੱਡ ਰਹੇ, ਕੋਈ 5-7 ਬੰਦੇ ਜਿਹੜੇ ਨੂੰ ਪਤਾ ਵੀ ਵੈਰੀਫਿਕੇਸ਼ਨ ਕਰੂੰਗੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਨਾਮ ਆਊਗਾ। ਹਜੇ ਤੱਕ ਵੈਰੀਫਿਕੇਸ਼ਨ ਨਹੀਂ ਸੀ? ਨਹੀਂ ਉਹਨਾਂ ਦੀ ਹੈ ਨਹੀਂ ਸੀ ਜੀ, ਹੁਣ ਸਾਰਿਆਂ ਦੀ ਵੈਰੀਫਿਕੇਸ਼ਨ ਕਰਾ ਰਹੇ ਹੁੰਦੇ ਨਹੀਂ? ਹਾਂਜੀ, ਏਦਾਂ ਹੈ ਨਾ ਜੀ, ਮੰਨ ਲਓ 1 ਜਾਂ 2 ਮਹੀਨਾ ਉਹਦਾ ਰਹਿੰਦੇ ਜੀ, ਉਸ ਤੋਂ ਬਾਅਦ ਕਮਰਾ ਚੇਂਜ ਕਰ ਲੈਂਦੇ ਹਾਂ, ਜਦੋਂ ਕਿਤੇ ਹੋਰ ਕੰਮ ਮਿਲਦਾ ਇਹ ਕਮਰਾ ਚੇਂਜ ਕਰ ਲੈਂਦੇ ਹਾਂ, ਇਸ ਕਰਕੇ ਵੈਰੀਫਿਕੇਸ਼ਨ ਬਹੁਤ ਘੱਟ ਕਰਾਉਂਦੇ ਹਾਂ। ਹੁਣ ਅਸੀਂ ਲਾਜ਼ਮੀ ਕਰਤੀ ਵੀ ਤੁਸੀਂ ਜਿੰਨੇ ਵੀ ਬੰਦੇ ਆ ਮੈਂਬਰ ਦੇ ਘਰ ਦੇ ਵਿੱਚ ਉਹ ਵੈਰੀਫਿਕੇਸ਼ਨ ਕਰਾਉਂਗੇ। ਇੱਕ ਹੋਰ ਜ਼ਿਆਦਾ ਜਿਹੜੀ ਗੱਲ ਹੈ ਜੀ, ਇੱਕ ਬੰਦਾ ਇਹਨਾਂ ਦਾ ਠੇਕੇਦਾਰ ਮੰਨ ਲਓ, ਠੇਕੇਦਾਰ ਵੈਰੀਫਿਕੇਸ਼ਨ ਕਰਾਉਂਦਾ ਜੀ, ਉਸ ਤੋਂ ਬਾਅਦ ਗੁਟਕਾ ਗੁਟਕਾ ਹਾਂ ਜੀ, ਉਸ ਤੋਂ ਬਾਅਦ ਜੀ ਫਿਰ ਇਹ ਆਪਣੇ ਚਾਚਿਆਂ ਨੂੰ ਤਾਇਆਂ ਨੂੰ ਮਾਮਿਆਂ ਨੂੰ ਇੱਕੋ ਕਮਰੇ ਦੇ ਵਿੱਚ 10-10 ਬੰਦੇ ਵੜ ਜਾਂਦੇ ਆ। ਹੁਣ ਇੱਕ ਕਮਰੇ ਦੇ ਵਿੱਚ 10 ਬੰਦੇ ਰਹਿ ਰਹੇ ਆ ਜੀ, 5 ਕਮਰੇ ਆ, 50 ਬੰਦੇ ਹੋ ਗਏ ਜੀ, ਟੂਟੀ ਦਾ ਕਨੈਕਸ਼ਨ ਇੱਕ ਹੈ ਜੀ, ਠੀਕ ਹੈ ਜੀ। ਉਸ ਤੋਂ ਘਰ ਅੱਗੇ ਵੀ ਆ ਜਿਹੜੇ ਅਗਲੇ ਘਰ ਆ ਉਹਨੂੰ ਪਾਣੀ ਉਹ ਨਹੀਂ ਜਾਂਦਾ ਜੀ, ਉਹ ਇੱਕੋ ਬੰਦਾ ਸਾਰਾ ਦਿਨ ਰਾਤ ਟੁੱਲੂ ਪੰਪ ਚਲਾ ਰੱਖਦਾ, ਕਿਉਂਕਿ ਹੁਣ 50 ਬੰਦਿਆਂ ਨੇ ਨਹਾਉਣਾ ਵੀ ਹੈ ਜੀ, ਸਭ ਕੁਛ ਕਰਨਾ ਹੈ ਜੀ, ਇਸ ਕਰਕੇ ਅਗਲੇ ਬੰਦੇ ਨੂੰ ਪਾਣੀ ਨਹੀਂ ਜਾਂਦਾ ਜੀ, ਉਹ ਪਰੇਸ਼ਾਨੀ ਹੈ। ਇੱਕ ਸਭ ਤੋਂ ਬੜੀ ਸਮੱਸਿਆ ਹੈ ਜੀ, ਇਹ ਰੋਜ਼ ਡੇਲੀ ਸਮਾਨ ਲੈ ਕੇ ਆਉਂਦੇ ਹਾਂ, ਚਲੋ ਜਿੰਨੀ ਕੁ ਬੰਦੇ ਦੀ ਹੈਸੀਅਤ ਹੁੰਦੀ ਉਨਾ ਸਮਾਨ ਅਗਲਾ ਲੈ ਕੇ ਆਉਂਦਾ, ਸਾਨੂੰ ਉਸ ਗੱਲ ਦਾ ਇਤਰਾਜ਼ ਨਹੀਂ ਹੈ ਜੀ। ਲਿਫਾਫੇ ਇੰਨੇ ਜ਼ਿਆਦਾ ਕਰਦੇ ਹੈ ਜੀ ਇਹ, ਉਹ ਨਾਲੀ ਦੇ ਵਿੱਚ ਸਿੱਟਣੇ ਇਹਨਾਂ ਨੇ, ਹੁਣ ਅਸੀਂ ਪੈਪ ਪਾਤੇ ਜੀ, ਉਹ ਗਾਹਾਂ ਜਾ ਕੇ ਪੈਪਾਂ 'ਚ ਫਸ ਜਾਂਦੇ ਹਾਂ, ਪੈਪਾਂ 'ਚ ਪੈਪ ਬੰਦ ਹੋ ਜਾਂਦੇ ਹਾਂ ਜੀ, ਇਹ ਬਹੁਤ ਬੜੀ ਸਮੱਸਿਆ ਜੀ। ਹੁਣ ਹਰੇਕ ਅਸੀਂ ਮਕਾਨ ਮਾਲਕ ਨੂੰ ਵੀ ਕਿਹਾ ਹੈ ਵੀ ਤੁਸੀਂ ਕੂੜਾ ਦਾਨ ਦਿਓ ਇਹਨਾਂ ਨੂੰ ਭਾਈ, ਕੂੜੇ ਦੇ ਵਿੱਚ ਇਹ ਪਾਉਣ, ਅੱਗੇ ਕਮੇਟੀ ਦੇ ਵੱਲੋਂ ਬਾਹਰਲੀ ਸਾਈਡ ਬੜੇ ਡਰੰਮ ਪਏ ਆ, ਡਸਟਬਿਨ ਪਏ ਆ ਜੀ, ਉਹਨਾਂ ਵਿੱਚ ਇਹ ਜਾ ਕੇ ਪਾਉਣ। ਦੂਜਾ ਵੀ ਕਿਉਂਕਿ ਆਪਣੇ ਪੰਜਾਬੀ ਵੀ ਬਹੁਤ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ, ਪਿੰਡ ਦੇ ਪਿੰਡ ਖਾਲੀ ਹੋ ਰਹੇ ਨੇ, ਜਿਹੜਾ ਮੈਂ ਸ਼ੁਰੂਆਤ ਚ ਕਿਹਾ ਸੀ, ਇਹ ਬੜੀ ਨੇੜੇ ਚੰਡੀਗੜ੍ਹ ਦੇ ਨਾਲ ਲੱਗਦਾ ਇਲਾਕਾ ਵੈ, ਇੱਥੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਕਿਉਂਕਿ ਇਹ ਨਿਊ ਚੰਡੀਗੜ੍ਹ ਦੇ ਨਾਲ ਏਰੀਆ ਜੁੜਦਾ, ਤਾਂ ਇੱਥੇ ਪਿੰਡ ਖਾਲੀ ਮਤਲਬ ਜਿਹਨਾਂ ਦੇ ਘਰ ਨੇ ਉਹ ਪ੍ਰਵਾਸੀਆਂ ਨੂੰ ਦੇ ਰਹੇ ਨੇ, ਇਸ ਤਰੀਕੇ ਨਾਲ ਜਾਂ ਕੀ ਹੈ? ਮਤਲਬ ਤੁਸੀਂ ਕਹੇ ਕਮਰੇ ਬਾਹਰ ਰਹਿ ਰਹੇ ਨੇ ਇੱਥੇ ਜਿਹੜਾ ਕੀਤਾ ਜਾ ਰਿਹਾ? ਦਰਅਸਲ ਨਾ ਜਿਹੜੇ ਪਹਿਲਾਂ ਪੁਰਾਣਾ ਪਿੰਡ ਸੀ ਜੰਡਪੁਰ ਅੰਦਰ, ਗਲੀਆਂ ਛੋਟੀਆਂ ਸੀ, ਉੱਥੇ ਗੱਡੀਆਂ ਵਗੈਰਾ ਨਹੀਂ ਜਾਂਦੀਆਂ ਸੀ, ਜਦੋਂ ਜ਼ਮੀਨ ਵਿਕੀ ਹੈ ਤਾਂ ਲੋਕਾਂ ਨੇ ਬਾਹਰ ਘਰ ਪਾ ਲਏ ਆਪਣੇ, ਤੇ ਅੰਦਰਲੇ ਘਰਾਂ ਵਿੱਚ ਕਮਰੇ ਬਣਾ ਕੇ ਉਹ ਪ੍ਰਵਾਸੀਆਂ ਨੂੰ ਦੇ ਤੇ ਜੀ, ਕਿਉਂਕਿ ਹੁਣ ਆਪ ਤਾਂ ਬਾਹਰ ਰਹਿਣ ਲੱਗ ਗਏ, ਅੰਦਰ ਪ੍ਰਵਾਸੀ ਰਹਿਣ ਲੱਗ ਗਏ ਜੀ, ਉਹ ਗੇੜਾ ਵੀ ਨਹੀਂ ਮਾਰਦੇ, ਸਿਰਫ ਮਹੀਨੇ ਬਾਅਦ ਇੱਕ ਦਿਨ ਆਉਂਦੇ ਆ ਵੀ ਹਾਂ, ਕਿਉਂਕਿ ਆਪਣੇ ਪੰਜਾਬੀ ਮੁੰਡੇ ਬਹੁਤ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ, ਉਹ ਵੀ ਇੱਕ ਕਮਰੇ 10-10 ਜਾਣੇ ਰਹਿੰਦੇ ਨੇ, ਉਹਨਾਂ ਨੂੰ ਆਪਣੇ ਪੰਜਾਬੀ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹ ਵੀ ਇੱਕ ਕਮਰੇ 10-10 ਜਾਣੇ ਰਹਿੰਦੇ ਆ, ਜੇ ਇੱਦਾਂ ਆਪਾਂ ਇੱਥੇ ਕਰਾਂਗੇ ਤਾਂ ਤੁਹਾਨੂੰ ਲੱਗਦਾ ਨੀ ਮੈਸੇਜ ਗਲਤ ਜਾਏਗਾ? ਹਾਂਜੀ, ਕੀ ਕਹਿਣਾ ਚਾਹੋਗੇ? ਜਿਹੜਾ ਤੁਸੀਂ ਗੱਲ ਕਰਦੇ ਬਾਹਰ ਦੀ ਨਾ, ਬਾਹਰ ਵੀ ਤੁਸੀਂ ਵੀਡੀਓ ਦੇਖੀ ਹੋਣੀ ਜੀ, ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਆਉਂਦੀ ਆ, ਜਿਹੜਾ ਬੰਦਾ ਜਾ ਕੇ ਬਾਹਰ ਉਹ ਪੰਜਾਬੀ ਜਾ ਕੇ ਗਲਤ ਕੰਮ ਕਰੇ ਜਾਂ ਬਾਹਰ ਤੋਂ ਉਰੇ ਆ ਕੇ ਗਲਤ ਕੰਮ ਕਰੇ, ਗਲਤ ਕੰਮ ਨੂੰ ਕਦੀ ਵੀ ਸਹੀ ਨਹੀਂ ਕਿਹਾ ਜਾ ਸਕਦਾ। ਬਾਹਰ ਜਿਹੜੇ ਮੁੰਡੇ ਜਾਂਦੇ ਆ ਜੀ ਉਹ 5-5, 10-10 ਰਹਿ ਗਲਤ ਰਹਿੰਦੇ ਜੀ, ਉਹ ਸਹੀ ਤਰੀਕੇ ਨਾਲ ਰਹਿਣਾ ਚਾਹੀਦਾ ਉਹਨਾਂ ਨੂੰ ਵੀ, ਉਹ ਵੀ ਇੱਕ ਦੇਸ਼ ਹੈ, ਜੇ ਉੱਥੇ ਸਾਫ ਸਫਾਈ ਜਾ ਕੇ ਰੱਖਦੇ ਆ ਜੀ। ਹੁਣ ਮੇਰੀ ਗੱਲ ਸੁਣੋ ਜੀ, ਆਪਾਂ ਉਰੇ ਤੋਂ ਜਾਂਦੇ ਹਾਂ ਜੀ, ਆ 6 ਫੇਸ ਕਾਲਜ ਦੇ ਕੋਲ ਜਾ ਕੇ ਆਪਾਂ ਸੀਟ ਬੈਲਟ ਲਾ ਲੈਂਦੇ ਹਾਂ, ਉਰੇ ਪੰਜਾਬ ਦੇ ਵਿੱਚ ਆਪਾਂ ਫਿਰੀ ਜਾਂਦੇ ਸੀਟ ਬੈਲਟ ਨਹੀਂ ਲਾਉਂਦੇ, ਕਿਉਂਕਿ ਉੱਥੇ ਕਾਨੂੰਨ ਹੈ, ਉੱਥੇ ਕੈਮਰੇ 'ਚ ਥੋੜ੍ਹਾ, ਇਹਦੇ ਪਿੰਡ 'ਚ ਕੈਮਰੇ ਵੀ ਲਾਏ, ਪਤਾ ਕਿਵੇਂ ਲੱਗੇਗਾ ਕਿ ਇਹ ਕੂੜਾ ਜਿਹੜਾ ਉਹਨਾਂ ਨੇ ਸੱਟਿਆ ਜਾਂ ਇਹ ਥੁੱਕਿਆ ਉਹਨਾਂ ਨੇ, ਗੁਟਕਾ ਉਹਨਾਂ ਨੇ ਖਾਧਾ, ਕੈਮਰੇ ਲਾਏ ਨੇ ਜਾਂ ਕਿਵੇਂ ਉਹਨਾਂ ਦੀ ਵੈਰੀਫਾਈ ਕਰੋ? ਦੇਖੋ ਉਰੇ ਨਾ ਘਰ ਪ੍ਰਤੀ ਤਕਰੀਬਨ ਕੈਮਰੇ ਲੱਗੇ ਹੋਏ ਜੀ,
ਲੋਕਾਂ ਨੇ ਕੱਲੇ ਕੱਲੇ ਫੜੇ ਵੀ ਹੈ ਕੋਈ? ਹਾਂਜੀ ਹਾਂਜੀ, ਪਹਿਲਾਂ ਫੜੇ ਵੀ ਆ ਜੀ, ਅਸੀਂ ਚੋਰ ਵੀ ਫੜੇ ਆ ਜੀ। ਇਹ ਜਿਹੜੀਆਂ ਬਿਲਡਿੰਗਾਂ ਬਣਦੀਆਂ ਉਹਨਾਂ ਚੋਂ ਤਾਰਾਂ ਵੱਢ ਲੈਂਦੇ ਆ ਜੀ, ਚੋਰੀਆਂ ਕਰਦੇ ਆ। ਦੂਜਾ ਵੀ ਕਿਉਂਕਿ ਆਪਾਂ ਤਾਂ ਪੰਜਾਬ ਚ ਬੈਠੇ ਆ, ਇੱਥੇ ਸਾਰੇ ਪੰਜਾਬੀ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਯੂਪੀ ਚ ਬੈਠੇ ਆ, ਕਾਨਪੁਰ ਚ ਬੈਠੇ ਆ, ਜਾਂ ਜਿਹੜੇ ਮੱਧ ਪ੍ਰਦੇਸ਼ ਚ ਬੈਠੇ ਆ, ਜਾਂ ਜਿਵੇਂ ਪਟਨਾ ਸਾਹਿਬ ਬੈਠੇ ਨੇ, ਜਿਸ ਤਰੀਕੇ ਦੀ ਗੱਲਬਾਤ ਹੋਏਗੀ, ਸਪੈਸ਼ਲੀ ਟਾਰਗੇਟ ਪ੍ਰਵਾਸੀ ਹੋਣਗੇ, ਤੁਹਾਨੂੰ ਲੱਗਦਾ ਨੀ ਕਿ ਇਸ ਦਾ ਅਸਰ ਯੂਪੀ ਬਿਹਾਰ ਦੇ ਵਿੱਚ ਆਪਣੇ ਪੰਜਾਬੀਆਂ ਤੇ ਵੀ ਪੈ ਸਕਦਾ? ਉੱਥੇ ਉਹਨਾਂ ਖਿਲਾਫ਼ ਕੋਈ ਮਤਾ ਨਾ ਕਰ ਦੇਣ, ਜਾਂ ਨਫ਼ਰਤ ਇਸ ਤਰੀਕੇ ਦੀ ਨਾ ਵੱਜ? ਨਹੀਂ ਸਰ, ਇਹ ਕੋਈ ਅਸੀਂ ਇਹਦੇ ਵਿੱਚ, ਤੁਸੀਂ ਪੁਆਇੰਟ ਪੜ੍ਹੇ ਸਾਰੇ ਪੜ੍ਹੇ ਹੀ, ਇਹਦੇ ਵਿੱਚ ਕਿਤੇ ਨਹੀਂ ਲਿਖਿਆ ਗਿਆ ਪ੍ਰਵਾਸੀ ਨਹੀਂ ਰਹਿ ਸਕਦੇ। ਜਿਹੜੇ ਪੰਜਾਬੀ ਮਹਾਰਾਸ਼ਟਰ ਰਹਿੰਦੇ ਆ ਜਾਂ ਯੂਪੀ ਬਿਹਾਰ ਰਹਿੰਦੇ ਆ, ਉਹਨਾਂ ਨੂੰ ਵੀ ਡਿਸਿਪਲਿਨ ਚ ਰਹਿਣਾ ਪੈਂਦਾ ਜੀ। ਡਿਸਿਪਲਿਨ ਚ ਰਹਿੰਦੇ ਉਹ ਵੀ, ਜਿਹੜੇ ਉਦਾਂ ਦੇ ਹਾਲਾਤ ਉਦਾਂ ਰਹਿੰਦੇ ਆ। ਉੱਥੇ ਉਹਨਾਂ ਨੂੰ ਵੀ ਤਾਂ ਗੰਦ ਪਾਉਣ ਦੀ ਆਗਿਆ ਤਾਂ ਉਹਨਾਂ ਨੂੰ ਵੀ ਨਹੀਂ ਹੈ ਜੀ। ਲੱਗਦਾ ਨੀ ਤਾਂ ਨਫ਼ਰਤ ਉਹਨਾਂ ਨੂੰ ਖਤਰਾ ਹੋ ਜਾਂਦਾ ਜੀ ਇਸ ਤਰੀਕੇ ਨਾਲ? ਇੱਕ ਮੈਸੇਜ ਚਲਾ ਜਾਂਦਾ ਹੈ ਕਿ ਬਿਹਾਰ ਦੇ ਲੋਕਾਂ ਦੇ ਖਿਲਾਫ਼ ਇਹ ਮਤੇ ਪਾ ਦਿੱਤੇ, ਆਪਾਂ ਪੰਜਾਬੀ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਅਸੀਂ ਦੇਖਾਂਗੇ ਜਾਂ ਕਰਾਂਗੇ। ਕਈ ਵਾਰੀ ਕਿਉਂਕਿ ਅਸੀਂ ਜਾਈਦਾ ਯੂਪੀ ਜਾਂ ਕਿਤੇ ਜਾਈਦਾ, ਉਹ ਕਹਿੰਦੇ ਸਾਨੂੰ ਕਈ ਵਾਰੀ ਇਸ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਪੰਜਾਬ 'ਚ ਕੋਈ ਇੱਦਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਨੂੰ ਟਾਰਗੇਟ ਕੀਤਾ ਜਾਂਦਾ। ਜੇ ਤਾਂ ਆਪਾਂ ਟਾਰਗੇਟ ਕਰਦੇ ਹੋਈਏ ਵੀ ਹਾਂ ਪ੍ਰਵਾਸੀਆਂ ਨੂੰ ਇੱਥੋਂ ਕੱਢਣਾ ਆ, ਤਾਂ ਆਪਾਂ ਮੰਨ ਸਕਦੇ ਹਾਂ ਵੀ ਉਹਨੂੰ ਪਰੇਸ਼ਾਨੀ ਹੋਊਗੀ ਆਪਣੇ ਪੰਜਾਬੀ ਜਿਹੜੇ ਬਾਹਰ ਰਹਿੰਦੇ। ਆਪਾਂ ਤਾਂ ਮਤੇ ਪਾਏ ਹਾਂ ਸਿਰਫ ਸਫਾਈ ਵਾਸਤੇ, ਸਹੀ ਰਹਿਣੇ ਵਾਸਤੇ। ਆਪਣੇ ਪੰਜਾਬੀ ਜਿਹੜੇ ਬਾਹਰ ਆ ਰਹੇ ਸਹੀ ਰਹਿ ਰਹੇ ਆ, ਜੇ ਆਪਣੇ ਪੰਜਾਬੀ ਉੱਥੇ ਗਲਤ ਹੋਣਗੇ ਯੂਪੀ ਵਾਲੇ ਮਤਾ ਪਾ ਸਕਦੇ ਸੀ ਆਪਣੇ, ਉਹ ਜਦ ਆਪਣੇ ਪੰਜਾਬੀ ਨੂੰ ਲੱਗਦਾ ਬਾਈ, ਕਿਉਂਕਿ ਇਸ ਤਰੀਕੇ ਦੇ ਮਤੇ ਨਾਲ ਕਈ ਵਾਰੀ ਗੱਲ ਸੋਸ਼ਲ ਮੀਡੀਆ ਤੇ ਕਿਤੋਂ ਦੀ ਕਿਤੋਂ ਕੁਛ ਬਣ ਜਾਂਦੀ ਹੈ। ਜਿਹੜੇ ਉੱਥੇ ਘੱਟ ਗਿਣਤੀ 'ਚ ਬੈਠੇ ਪੰਜਾਬੀ ਨੇ ਦੂਜੇ ਸੂਬਿਆਂ ਦੇ ਵਿੱਚ, ਉਹਨਾਂ ਨੂੰ ਇਹ ਇਹ ਮੁਸੀਬਤ ਆ ਜਾਂਦੀ ਹੈ। ਸਾਡਾ ਵੀਰ ਮੁੱਦਾ ਹੀ ਨਹੀਂ ਆਇਆ ਪਹਿਲਾਂ ਤਾਂ ਕੱਢਣ ਦਾ ਪ੍ਰਵਾਸੀਆਂ ਨੂੰ ਉਰੇ ਤੇ, ਸਾਡਾ ਤਾਂ ਮੁੱਦਾ ਕੇਵਲ ਸਾਫ਼ ਸਫਾਈ ਰੱਖਣ ਦੇ ਸਿਸਟਮ ਦੇ ਆਧਾਰਤ ਹੀ ਆਪਾਂ ਨੇ ਮਤਾ ਪਾਇਆ। ਦੂਜਾ ਵੀ ਜਿਵੇਂ ਆਪਾਂ ਲਿਖਿਆ ਬਈ ਕਿ ਪ੍ਰਵਾਸੀਆਂ ਨੂੰ ਲੈ ਕੇ ਲਿਖਿਆ ਕਿ ਗੁਟਕਾ ਬੀੜੀ ਸ਼ਰਾਬ, ਤੁਹਾਨੂੰ ਲੱਗਦਾ ਨੀ ਕਿ ਪੂਰੇ ਪਿੰਡ ਵਾਸਤੇ ਲਿਖਦੀ ਹੈ ਕਿ ਜੇ ਕੋਈ ਪੰਜਾਬੀ ਬੀੜੀ ਪੀਂਦਾ ਜਾਂ ਸਿਗਰਟ ਪੀਂਦਾ ਜਾਂ ਸ਼ਰਾਬ ਪੀਂਦਾ ਜਾਂ ਇਕੱਲੇ ਨਿੱਕਰ ਬਣਾਉਣ 'ਚ ਘੁੰਮਦਾ ਜਾਂ ਕੂੜਾ ਸੱਟਦਾ ਹੋਇਆ, ਬੀਅਰ ਦੀਆਂ ਬੋਤਲਾਂ ਸੱਟਦਾ ਹੋਇਆ, ਤਾਂ ਉਸ ਦੇ ਖਿਲਾਫ਼ ਵੀ ਐਕਸ਼ਨ ਹੋਵੇ? ਇਕੱਲੇ ਇਕੱਲੇ ਪ੍ਰਵਾਸੀਆਂ ਲਈ ਨਹੀਂ, ਇਹ ਤੁਹਾਨੂੰ ਲੱਗਦਾ ਨਹੀਂ ਇਹ ਮਤਾ ਹੋ ਸਕਦਾ? ਨਹੀਂ ਇਹ ਸਰ ਸੁਝਾਵ, ਹਾਂਜੀ ਸਾਰਾ ਕੁਛ ਤੁਹਾਡੀ ਗੱਲ ਠੀਕ ਹੈ ਜੀ, ਇਹ ਸਾਰਿਆਂ ਵਾਸਤੇ ਹੀ ਹੈ। ਜਿਹੜੇ ਪੰਜਾਬੀ ਕੋਈ ਨਹੀਂ, ਇੱਥੇ ਪ੍ਰਵਾਸੀ ਲਿਖਿਆ ਗਿਆ ਨਾ, ਹਾਂ ਜਿਹੜੇ ਪੰਜਾਬੀ ਪਿੰਡ ਦੇ ਵਸਨੀਕ ਹੈ ਜੀ, ਉਹ ਵੈਸੇ ਇਹੋ ਜਿਹੀ ਕੋਈ ਹਰਕਤ ਕਰਦੇ ਨਹੀਂ, ਉਹ ਤਾਂ ਸਾਨੂੰ ਜਾਣਦੇ ਸੀ ਉਹਨਾਂ ਨੂੰ ਜੀ, ਵੀ ਉਹ ਫਲਾਣਾ ਬੰਦਾ ਦੇਖ ਲਏ ਜੀ ਅਸੀਂ ਬੀੜੀ ਪੀਂਦਾ ਜਾਂ ਸ਼ਰਾਬ ਪੀਂਦਾ ਜਾਂ ਕੁਛ ਕਰਦਾ, ਅਸੀਂ ਉਹਨੂੰ ਤਾੜਨਾ ਕਰਦੇ ਹਾਂ ਜੀ। ਇੱਦਾਂ ਦੀ ਕੋਈ ਗੱਲ ਵੀ ਉਹਨਾਂ ਨੂੰ ਕਹਿੰਦੇ ਨਹੀਂ ਸੀ, ਉਹਨਾਂ ਨੂੰ ਜ਼ਿਆਦਾ ਤਾੜਦੇ ਸਮਕੋ ਜੀ, ਉਹਦੇ ਘਰ ਵੀ ਸੁਨੇਹਾ ਲਾ ਕੇ ਆਉਂਦੇ ਹਾਂ ਵੀ ਭਾਈ ਥੋੜਾ ਬੱਚਾ ਉਹਦਾ ਗਲਤ ਹੈ, ਤਾਂ ਕਰਕੇ ਉਹ ਤਾਂ ਇਹ ਜੀ ਹਰਕਤ ਕਰਦੇ ਨਹੀਂ ਹੈ ਜੀ। ਇਹਨਾਂ ਨੂੰ ਅਸੀਂ ਬਾਜੀ ਬਰ ਇਹਨਾਂ ਦਾ ਸਾਡੇ ਸਾਹਮਣੇ ਕਰਕੇ ਲੱਗ ਜਾਂਦੇ ਹਾਂ, ਮੁੜ ਕੇ ਸਾਡੇ ਭਾਈ ਨਹੀਂ ਪਛਾਣ ਚਾਹੁੰਦੇ ਵੀ ਕਿਹੜਾ ਤਾਂ